बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान सत श्री अकाल प्यारे दर्शकों, तुहाड़ी रीत एक बारी हाजिर है प्रोग्राम कुछ तेरियां कुछ मेरियां दे विच ते स्वागत कर दियां तुहाड़े अपने शो दे विच। अज तुसी सोच रहे होगे भी रीत बड़े हर वारी डिफरेंट तरीके दे नाल आंदी है, वक्रे ढंग दे नाल आंदी है, स्क्रीन खुलदी है, रीत कुछ सुनांदी है, विशा दा पता लग जांदा है, पर अज रीत स्क्रीन खुली ते सामने खड़ी हुई है। की हैगा अज दा ए जो उसदा वे हैगा इत्थे आण दा? ਵੀ ਕਈ ਵਾਰੀ ਬਹੁਤ ਕੁਝ ਸਾਡੇ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਬਹੁਤ ਕੁਝ ਸਾਡੇ ਨਾਲ ਹਾਦਸੇ ਹੋ ਜਾਂਦੇ ਨੇ, ਬਹੁਤ ਕੁਝ ਵਾਪਰ ਜਾਂਦਾ, ਅਤੇ ਕਈ ਵਾਰੀ ਉਹ ਬਹੁਤ ਵੱਡੀਆਂ ਬ੍ਰੇਕਿੰਗ ਨਿਊਜ਼ ਬਣ ਜਾਂਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਆਪਣੀ ਰੋਜ਼ ਦੇ ਜਿਹੜੇ ਟੌਪਿਕ ਹੁੰਦੇ ਨੇ ਉਹਨਾਂ ਤੋਂ ਉੱਪਰ ਉੱਠ ਜਾਂਦੇ ਨੇ, ਅਤੇ ਸਾਨੂੰ ਲੱਗਦਾ ਕਿ ਉਹ ਗੱਲਾਂ ਤਾਂ ਅਸੀਂ ਰੋਜ਼ ਕਰਦੇ ਹੀ ਹਾਂ, ਕਰਦੇ ਰਹਾਂਗੇ, ਅਤੇ ਕਿਉਂ ਨਾ ਸਭ ਤੋਂ ਪਹਿਲੇ ਜਿਹੜੀ ਬ੍ਰੇਕਿੰਗ ਨਿਊਜ਼ ਹੈਗੀ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਏ। ਸਾਡੀ ਹਰ ਸ਼ੋਅ ਦੇ ਵਿੱਚ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਹਰ ਉਸ ਚੀਜ਼ ਦੇ ਬਾਰੇ ਦੱਸਿਆ ਜਾਏ। ਅਤੇ ਅੱਜ ਜਿਸ ਵਿਸ਼ੇ 'ਤੇ ਅਸੀਂ ਗੱਲ ਕਰਨੀ ਹੈ ਉਹ ਤਾਂ ਕਰਾਂਗੇ ਹੀ, ਉਹ ਤਾਂ ਵਿਸ਼ਾ ਹੈਗਾ ਉਹ ਅਸੀਂ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲੇ ਜਿਹਦੇ 'ਤੇ ਅਸੀਂ ਗੱਲ ਕਰਨੀ ਹੈਗੀ ਹੈ, ਤੁਸੀਂ ਉਹ ਸਾਰੇ ਉਸ ਚੀਜ਼ ਤੋਂ ਜਾਣੂ ਹੈਗੇ ਹੋ ਕਿ ਪੰਜਾਬ ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ ਜੀ ਦੇ ਨਾਲ ਜੋ ਨਾ ਇਨਸਾਫੀ ਹੋ ਰਹੀ ਹੈ ਉਹ ਇੱਕ ਬਹੁਤ ਵੱਡਾ ਮੁੱਦਾ ਹੈ ਅੱਜ। ਅਤੇ ਇਸ ਦੇ ਨਾਲ ਹੀ ਜੋ ਖਬਰ ਸਾਨੂੰ ਮਿਲੀ ਹੈ ਉਹ ਇਹ ਹੈ ਕਿ ਸੈਂਟਰਲ ਪਾਰਕ, ਮਨਹੈਟਨ ਸੈਂਟਰਲ ਪਾਰਕ ਦੇ ਵਿੱਚ ਨਿਊ ਜਰਸੀ ਤੋਂ ਕੁਝ ਸਿੱਖ ਸੰਗਤ ਨੇ ਕੱਲ੍ਹ ਰਾਤ 7 ਵਜੇ ਤੋਂ ਭੁੱਖ ਹੜਤਾਲ ਕੀਤੀ ਹੋਈ ਹੈ। ਅਤੇ ਅੱਜ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਜਾਣਾਂਗੇ ਕਿ ਉਹਨਾਂ ਨੇ ਇਹ ਭੁੱਖ ਹੜਤਾਲ ਕਿਉਂ ਕੀਤੀ, ਕੀ ਵਜ੍ਹਾ ਹੈ ਉਹਨਾਂ ਦੀ ਇਸ ਭੁੱਖ ਹੜਤਾਲ ਕਰਨ ਦਾ, ਅਤੇ ਭੁੱਖ ਹੜਤਾਲ ਜਿਹੜੀ ਉਹਨਾਂ ਨੇ ਇੱਥੇ ਅਮੈਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਕੀਤੀ ਹੈ ਗੁਰਬਖਸ਼ ਸਿੰਘ ਖਾਲਸਾ ਜੀ ਦੇ ਨਾਲ ਹੋਈ ਨਾ ਇਨਸਾਫੀ ਨੂੰ ਲੈ ਕੇ ਉਹਨਾਂ ਦੀ ਕਿਹੜੀ ਆਵਾਜ਼, ਉਹ ਕਿਹੜੀ ਮੰਗ ਹੈਗੀ ਹੈ ਜਿਹੜੀ ਉਹ ਨਿਊਯਾਰਕ ਦੇ ਵਿੱਚ ਰਹਿ ਕੇ ਭਾਰਤ ਦੀ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਨੇ। ਜੀ ਹਾਂ, ਅਤੇ ਇਸ ਵੇਲੇ ਸਾਡੇ ਨਾਲ ਕਾਲ 'ਤੇ ਜੁੜੇ ਨੇ ਇੰਦਰ ਮੋਹਨ ਸਿੰਘ ਜੀ। ਆਓ ਗੱਲ ਕਰਦੇ ਹਾਂ ਇੰਦਰ ਮੋਹਨ ਸਿੰਘ ਜੀ ਦੇ ਨਾਲ ਅਤੇ ਜਾਣਦੇ ਹਾਂ ਕਿ ਇਸ ਭੁੱਖ ਹੜਤਾਲ ਦੀ ਵਜ੍ਹਾ ਕੀ ਹੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ ਜੀ, ਸਾਨੂੰ ਜਿਹੜੀ ਖਬਰ ਮਿਲੀ ਹੈ ਉਸ ਤੇ ਚਲਦੇ ਸਾਨੂੰ ਇਹ ਪਤਾ ਲੱਗਿਆ ਕਿ ਤੁਸੀਂ ਕੱਲ 7 ਵਜੇ ਦੇ ਨਿਊ ਜਰਸੀ ਤੋਂ ਬਿਲੋਂਗ ਕਰਦੇ ਹੋ, ਪਰ ਸੈਂਟਰਲ ਪਾਰਕ ਨਿਊਯਾਰਕ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਹੋ, ਇਸ ਦੀ ਕੀ ਵਜ੍ਹਾ ਹੈ? ਪਹਿਲਾਂ ਤੇ ਮਹਾਰਾਜ ਦੀ ਕਿਰਪਾ, ਅੱਜ ਉਤਮ ਉਪਰਾਲਾ ਬਖਸ਼ਿਆ ਗਿਆ, ਤੇ ਸਾਡਾ ਕਾਰਨ ਇਹੀ ਹੈ ਕਿ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਨਵੰਬਰ 14 ਤੋਂ ਲੈ ਕੇ ਅੱਜ ਤੱਕ ਭੁੱਖ ਹੜਤਾਲ ਤੇ ਬੈਠੇ ਨੇ। ਅਸੀਂ ਬਸ ਸੁਨੇਹਾ ਕਿਸੇ ਤਰੀਕੇ ਹੋ ਸਕੇ ਪਹੁੰਚਾਉਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਹਾਂ, ਭਾਵੇਂ ਅਸੀਂ ਦੂਰ ਹਾਂ ਪਰ ਇਸਦੇ ਨਾਲ ਖੜੇ ਹਾਂ, ਤੇ ਅਸੀਂ ਨਾਲ ਖੜ ਕੇ ਜਿੱਦਾਂ ਵੀ ਹੋ ਸਕਦਾ ਇੱਥੋਂ ਦੂਰੋਂ ਬੈਠੇ ਜਿੰਨਾ ਆਪਣੇ ਵੱਲੋਂ ਕਰ ਸਕਦੇ ਹਾਂ। ਸਾਡਾ ਤੇ ਛੋਟਾ ਜਿਹਾ ਉਪਰਾਲਾ ਹੈ 24 ਘੰਟੇ ਦਾ, ਉਹ ਤੇ ਇੰਨੇ ਦਿਨਾਂ ਦੇ ਬੈਠੇ ਆ, ਤੇ ਅਸੀਂ ਬਸ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਹਾਂ ਕਿਸੇ ਵੀ ਤਰੀਕੇ ਹੋ ਸਕੇ। ਤੇ ਸਰ ਕਿਹੜੀ ਮੰਗ ਹੈਗੀ ਹੈ ਜੋ? ਹਾਂਜੀ ਹਾਂਜੀ, ਨਾਲੇ ਕਿ ਜੇ ਕਿਸੇ ਤਰੀਕੇ ਹੋ ਸਕੇ ਤੇ ਅਮਰੀਕਨ ਮੀਡੀਆ ਨੂੰ ਫੇਸਬੁੱਕ ਰਾਹੀਂ, ਟਵਿੱਟਰ ਰਾਹੀਂ, ਇੰਸਟਾਗ੍ਰਾਮ ਰਾਹੀਂ, ਜਿਵੇਂ ਕਹਿ ਲਓ ਕਿ ਸੈਂਟਰਲ ਪਾਰਕ ਇੱਕ ਬਹੁਤ ਵੱਡਾ ਗਾੜ ਹੈ ਨਿਊਯਾਰਕ ਸਿਟੀ 'ਚ, ਤੇ ਅਸੀਂ ਚਾਹੁੰਦੇ ਸੀਗੇ ਕਿ ਕਿਸੇ ਤਰੀਕੇ ਜੇ ਐਸ ਸੀ ਨਾਲ ਕੋਈ ਰਿਲੇਟ ਕਰ ਸਕੇ ਤੇ ਬਹੁਤ ਵਧੀਆ ਗੱਲ ਆ। ਤੇ ਸਿਰਫ ਹੰਗਰ ਸਟ੍ਰਾਈਕ ਹੀ ਨਹੀਂ, ਮਹਾਰਾਜ ਦੀ ਕਿਰਪਾ ਨਾਲ 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 ਉਪਰਾਲਾ ਕੀਤਾ ਗਿਆ 25 ਚੌਪੜੀ ਸਾਹਿਬ ਦੇ ਪਾਠ, ਅਰਦਾਸ ਬੇਨਤੀਆਂ ਵੀ ਨਾਲ ਚੱਲ ਰਹੀਆਂ ਨੇ, ਤੇ ਸਾਰੀ ਸਿੱਖ ਸੰਗਤਾਂ ਜਿਹੜੀਆਂ ਸੁਣ ਰਹੀਆਂ ਨੇ, ਸਾਰਿਆਂ ਨੂੰ ਬੇਨਤੀ ਕਿ ਸਾਰੇ ਰਲ ਮਿਲ ਕੇ ਜਿੰਨੇ ਵੱਧ ਤੋਂ ਵੱਧ ਚੌਪੜੀ ਸਾਹਿਬ ਦੇ ਪਾਠ ਕਰੋ ਤੇ ਵੱਧ ਤੋਂ ਵੱਧ ਹੋਰ ਜਿੰਨੀਆਂ ਵੀ ਬਾਣੀਆਂ ਪਾਠ ਸਕਦੇ ਨਾਲ ਨਾਲ ਪੜ੍ਹੋ, ਅਰਦਾਸ ਬੇਨਤੀਆਂ ਕਰੋ,
ਪਾਈਸਾਹ ਦੀ ਚੜ੍ਹਦੀ ਕਲਾ ਲਈ ਤੇ ਹੋਰ ਸਿੰਘਾਂ ਦੀ ਚੜ੍ਹਦੀ ਕਲਾ ਲਈ। ਤੇ ਭਾਜੀ ਜਿਹੜਾ ਇਹ ਵਜ੍ਹਾ ਤੇ ਹੈਗੀ ਪਰ ਇਹ ਕੀ ਹੈਗਾ, ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਮੰਗ ਭਾਰਤ ਸਰਕਾਰ ਤੱਕ ਪਹੁੰਚ ਸਕਦੀ ਹੈ ਇਸ ਤਰੀਕੇ ਦੇ ਨਾਲ? ਦੇਖੋ ਜੀ, ਕੈਨੋ ਦੇ ਭਾਈ ਸਾਹਿਬ ਇੰਡੀਆ ਬੈਠੇ ਨੇ, ਉਹਨਾਂ ਦੀ ਮੰਗ ਕਿੰਨੇ ਦਿਨ ਹੋ ਗਏ, 40 ਤੋਂ ਵੱਧ ਦਿਨ ਹੋ ਗਏ ਨੇ, ਉਹਨਾਂ ਦੀ ਮੰਗ ਅਜੇ ਸ਼ਹਿਰ ਪਹੁੰਚੀ ਹੈ। ਸਾਡਾ ਛੋਟਾ ਜਿਹਾ ਤੇ ਬੈਚ ਉਪਰਾਲਾ ਜਿੰਨਾ ਵੀ ਹੈਗਾ, ਇੱਕ ਦੋ ਜਾਣੇ ਵੀ ਜੇ ਉਹਨਾਂ ਨੂੰ ਪਤਾ ਲੱਗ ਜੇ, ਉਹ ਭਾਵੇਂ ਅਮੈਰੀਕੇ ਨੇ ਭਾਵੇਂ ਦੇਸੀ ਨੇ ਜਿੱਦਾਂ ਵੀ ਨੇ, ਜੇ ਕਿਸੇ ਨੂੰ ਵੀ ਪਤਾ ਲੱਗ ਜੇ ਇਸ ਗੱਲ ਬਾਰੇ, ਤੇ ਸਾਡੇ ਲਈ ਕਹਿ ਲਓ ਮਕਸਦ ਜਿਹੜਾ ਸਾਡਾ ਉਹ ਸੰਪੂਰਨ ਹੁੰਦਾ ਹੈ। ਤੇ ਭਾਜੀ ਇੱਕ ਜਿਹੜੀ ਗੱਲ ਹੁੰਦੀ ਹੈ ਵੀ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਭੁੱਖ ਹੜਤਾਲ ਜਿਹੜੀ ਤੁਸੀਂ ਕੀਤੀ ਹੈ ਇਹ 24 ਘੰਟੇ ਲਈ ਕੀਤੀ ਹੈ, ਇਸ ਦੇ ਪਿੱਛੇ ਇੱਕ ਮਕਸਦ ਹੁੰਦਾ ਹੈ, ਜਿਵੇਂ ਤੁਹਾਡੀ ਕੋਈ ਮੰਗ ਹੈਗੀ ਹੈ ਤੁਸੀਂ ਉਸਨੂੰ ਪੂਰਾ ਕਰਵਾਉਣਾ ਚਾਹੁੰਦੇ ਹੋ। ਜਦੋਂ ਹੰਗਰ ਸਟ੍ਰਾਈਕ ਇੱਕ ਬਹੁਤ ਵੱਡੀ ਮੰਗ ਨੂੰ ਲੈ ਕੇ ਜਦੋਂ ਅਸੀਂ ਬੈਠਦੇ ਹਾਂ, ਤੇ ਤੁਹਾਨੂੰ ਕੀ ਲੱਗਦਾ ਕਿ 24 ਘੰਟੇ ਦੇ ਵਿੱਚ ਤੁਹਾਡੀ ਜਿਹੜੀ ਮੰਗ ਹੈਗੀ ਹੈ, ਤੁਹਾਡਾ ਜੋ ਸੁਨੇਹਾ ਹੈਗਾ ਉਹ ਭਾਰਤ ਸਰਕਾਰ ਤੱਕ ਪਹੁੰਚ ਜਾਏਗਾ? ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਕਾਰਨ ਜਿਹੜਾ ਆ ਇੱਥੇ ਆਉਣ ਦਾ, ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦੀ ਬੜੀ ਸਿੰਪਲ ਜੀ ਬੇਨਤੀ ਸੀ, ਉਹਨਾਂ ਦਾ ਇੱਕ ਹੀ ਵਾਂਟਡ ਟੂ ਵੋਇਸ ਹਿਸ ਓਪੀਨੀਅਨ, ਉਹਨਾਂ ਦਾ ਬਸ ਇੰਨੀ ਮੰਗ ਸੀ ਕਿ ਜਿਹੜੀ ਮੇਰੀ ਆਵਾਜ਼ ਸੁਣੀ ਜਾਵੇ, ਤੇ ਭਾਰਤ ਸਰਕਾਰ ਨੇ ਉਸ ਚੀਜ਼ ਦਾ ਹੱਕ ਉਹਨਾਂ ਕੋਲੋਂ ਖੋ ਲਿਆ। ਹਰ ਇੱਕ ਬੰਦਾ ਜਦੋਂ ਜੰਮਦਾ ਉਹਨੂੰ ਬੋਲਣ ਦਾ ਹੱਕ ਹੁੰਦਾ ਆ, ਬੇਸਿਕ ਹਿਊਮਨ ਰਾਈਟ ਇਸ ਦ ਫਰੀਡਮ ਆਫ ਸਪੀਚ ਦੈਟ ਵਾਸ ਟੇਕਨ ਅਵੇ ਫਰੋਮ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਖਾਲਸਾ, ਹੀ ਵਾਸ ਅਰੈਸਟਡ ਐਂਡ ਦੈਟ ਇਜ਼ ਦ ਪੁਆਇੰਟ ਵੈਨ ਹਿਸ ਰਾਈਟ ਵਾਸ ਟੇਕਨ ਅਵੇ। So we want to let people here in New York City know as much as we can. And Maharaj ji kripa na, we have been successful because kai lokan nu assi camera leke aaye si, interview vi laye ne, kai lokan ne bahut zyada ushaah vi dikhaya, te kai ne edda vi kiha ki assi India ho ke aaye ha, jehde actually American by culture American ne, oh actually unne kai ne edda vi gallan kahi ne ki assi India ho ke aaye, sanu inna gallan da pata vi nahi laga ki edda hunda aa te edda hoya utthe, te itthe dassan naal unnu dassiya ਹੋ ਸਕਦਾ ਹੈ ਕਿਤੇ ਅੱਗੇ ਕਈਆਂ ਨੇ ਡਾਕੂਮੈਂਟਰੀਆਂ ਵੀ ਬਣਾਈਆਂ ਨੇ, ਉਹਨਾਂ 'ਚ ਵੀ ਕਿਤੇ ਨਾ ਆ ਸਕਦਾ ਹੈ, ਕੁਛ ਕਈਆਂ ਨੇ ਸਾਨੂੰ ਆਖਿਆ ਕਿ ਅਸੀਂ ਡਾਕੂਮੈਂਟਰੀਆਂ ਬਣਾਈਆਂ ਨੇ, ਤੇ ਨਾਲ ਜਿੱਦਾਂ ਵੀ ਹੋ ਸਕਦਾ ਅਸੀਂ ਫੇਸਬੁੱਕ 'ਤੇ ਵੀ ਉਹ ਬਣਾਇਆ ਪੇਜ, ਅਤੇ ਅਸੀਂ ਚਾਹੁੰਦੇ ਹਾਂ ਕਿ ਫੇਸਬੁੱਕ ਰਾਹੀਂ ਵੀ ਇੱਥੇ ਸਾਰਿਆਂ ਨੂੰ ਅਵੇਅਰ ਕੀਤਾ ਜਾਵੇ। ਦ ਬੇਸਿਕ ਪੁਆਇੰਟ ਆਲਸੋ ਇਜ਼ ਟੂ ਜਸਟ ਕ੍ਰੀਏਟ ਸਮ ਸੋਰਟ ਆਫ ਅਵੇਅਰਨੈਸ ਅਮੰਗਸਟ ਲੋਕਲਸ ਇਨ ਨਿਊਯਾਰਕ ਸਿਟੀ। ਤੇ ਭਾਜੀ ਜਿਹੜਾ ਇਹ ਮੁਜ਼ਾਹਰਾ ਤੁਸੀਂ ਇਸ ਵੇਲੇ ਸੈਂਟਰਲ ਪਾਰਕ ਦੇ ਵਿੱਚ ਕਰ ਰਹੇ ਹੋ, ਕੀ ਤੁਹਾਡੀ ਨਿਊਯਾਰਕ ਸਰਕਾਰ ਤੋਂ ਵੀ ਕੋਈ ਮੰਗ ਹੈਗੀ ਹੈ ਇਸ ਨੂੰ ਲੈ ਕੇ? ਦੇਖੋ ਜੀ, ਅਸੀਂ ਬਹੁਤ ਛੋਟੇ ਜਿਹੇ ਬੰਦੇ, ਸਾਨੂੰ ਇੰਨੀ ਜਾਣਕਾਰੀ ਵੀ ਨਹੀਂ ਹੈਗੀ ਕਿ ਸਾਡੀ ਆਵਾਜ਼ ਕਿੱਦਾਂ ਕਿੱਥੇ ਪਹੁੰਚ ਸਕਦੀ ਹੈ। ਇਹ ਕਹਿ ਲਓ ਮਹਾਰਾਜ ਨੇ ਸਾਨੂੰ ਉਪਰਾਲਾ ਬਖਸ਼ਿਆ, ਤੇ ਭਾਈ ਸਾਹਿਬ ਦਾ ਤੇ 40 ਦਿਨਾਂ ਦਾ ਸੰਘਰਸ਼ ਇੰਨਾ ਲੰਬਾ, ਤੇ ਅਸੀਂ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਰਲ ਸਕੀਏ, ਅਸੀਂ ਵੱਧ ਤੋਂ ਵੱਧ ਸਪੋਰਟ ਚਾਹੁੰਦੇ ਹਾਂ ਜਿੱਦਾਂ ਮਰਜ਼ੀ ਹੋ ਸਕੇ। ਜੇ ਅੱਜ ਸਾਡੇ ਨਾਲ ਕੋਈ ਖੜਾ ਹੈ ਜਿਵੇਂ ਗੈਟ ਪੰਜਾਬੀ, ਤੁਸੀਂ ਸਾਡੇ ਨਾਲ ਖੜੇ ਹੋ, ਸਾਨੂੰ ਅੱਜ ਪਤਾ ਲੱਗਦਾ ਕਿ ਤੁਸੀਂ ਸਾਡੇ ਨਾਲ ਖੜੇ, ਅਸੀਂ ਕੱਲ੍ਹ ਫਿਰ ਕਰਨ ਨੂੰ ਤਿਆਰ ਹਾਂ, ਪਰਸੋਂ ਫਿਰ ਕਰਨ ਨੂੰ ਤਿਆਰ ਹਾਂ, ਜਦੋਂ ਵੀ ਲੋੜ ਪੈ ਗਈ ਅਸੀਂ ਕਰਨ ਨੂੰ ਤਿਆਰ ਹਾਂ। ਪਰ ਤੁਸੀਂ ਜਿੱਦਾਂ ਸਮਝ ਲਓ ਕਿ ਸਾਨੂੰ ਇੰਨਾ ਪਤਾ ਨਹੀਂ ਸੀਗਾ, ਅਸੀਂ ਜਿੰਨਾ ਕੁ ਹੋ ਸਕਿਆ ਅਸੀਂ ਆਪਣੇ ਵੱਲੋਂ ਕੀਤਾ ਆ, ਤੇ ਜਿੰਨੀ ਵੱਧ ਤੋਂ ਵੱਧ ਅਵੇਅਰਨੈਸ ਹੋ ਸਕਦੀ ਹੈ ਅਸੀਂ ਕਰਨ ਨੂੰ ਤਿਆਰ ਹਾਂ, ਤੇ ਵਟਐਵਰ ਇਟ ਟੇਕਸ ਵੀ ਆਰ ਵਿਲਿੰਗ ਟੂ ਡੂ ਸਿਟਿੰਗ ਹੇਅਰ ਐਨੀਵੇਅਰ, ਵਟਐਵਰ ਵੀ ਕੈਨ ਡੂ ਸਿਟਿੰਗ ਹੇਅਰ ਵੀ ਆਰ ਵਿਲਿੰਗ ਟੂ ਡੂ। ਠੀਕ ਹੈ ਸਰ, ਥੈਂਕ ਯੂ ਸੋ ਮਚ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਜਿਹੜੇ ਤੁਸੀਂ ਅਮਰੀਕਾ ਦੀ ਧਰਤੀ 'ਤੇ ਰਹਿ ਕੇ ਜੋ ਇਹ ਸਭ ਕੁਝ ਭਾਰਤ ਦੇ ਵਿੱਚ ਹੋ ਰਿਹਾ ਉੱਥੇ ਵਾਪਰ ਰਿਹਾ, ਉਹ ਆਪਣੀ ਜਗ੍ਹਾ 'ਤੇ ਇੱਕ ਉਪਰਾਲਾ ਕਰਦੇ ਨੇ ਸਰਕਾਰ ਤੱਕ ਆਪਣਾ ਜਿਹੜਾ ਸੰਦੇਸ਼ ਹੈਗਾ ਉਹ ਪਹੁੰਚਾਉਣ ਦਾ, ਪਰ ਇੰਨੀ ਦੂਰ ਸੱਤ ਸਮੁੰਦਰ ਪਾਰ ਜਿਹੜਾ ਬਹਿ ਕੇ ਕਹਿੰਦੇ ਨੇ ਕਿ ਹਾਂਜੀ, ਤੇ ਤੁਸੀਂ ਜਿਹੜਾ ਇਹ ਗੁਰਬਖਸ਼ ਸਿੰਘ ਖਾਲਸਾ ਜੀ ਨੂੰ ਇੱਥੇ ਬੈਠ ਕੇ ਜਿਹੜਾ ਉਪਰਾਲਾ ਕਰ ਰਹੇ ਹੋ, ਉਹਨਾਂ ਦੇ ਨਾਲ ਸਾਥ ਦੇ ਰਹੇ ਹੋ, ਉਹਨਾਂ ਦਾ ਖੜੇ ਹੋ, ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ, ਸਾਨੂੰ ਉਹਨਾਂ ਬਾਰੇ ਦੱਸਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਅਸੀਂ ਤੁਹਾਡਾ ਵੀ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ, ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਗੈਟ ਪੰਜਾਬੀ ਨੇ, ਤੇ ਅਗੇਨ ਅਵੇਅਰਨੈਸ ਜਿੱਦਾਂ ਵੀ ਹੋ ਸਕਦਾ ਅਸੀਂ ਨਾਲ ਖੜੇ ਹਾਂ, ਤੇ ਜ਼ਰੂਰ ਚੜ੍ਹਦੀ ਕਲਾ ਲਈ ਅਰਦਾਸ ਤੇ 24 ਸਾਹਿਬ ਦਾ ਪਾਠ ਜਾਰੀ ਰੱਖੋ, ਸਿੱਖ ਸੰਗਤ ਜਿੱਥੇ ਵੀ ਸੁਣ ਰਹੀਆਂ ਨੇ, ਤੇ ਪਲੀਜ਼ ਤੁਹਾਡਾ ਅਗੇਨ ਥੈਂਕ ਯੂ ਬਹੁਤ ਬਹੁਤ ਜ਼ਿਆਦਾ, ਤੇ ਨਾਲੇ ਇੱਕ ਜਕਾਰਾ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਲਈ ਅਤੇ ਸਾਰੇ ਸਿੱਖਾਂ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸੋ ਪਿਆਰੇ ਦਰਸ਼ਕੋ, ਇਹ
ਇੱਥੇ ਦੇ ਜਿਹੜੇ ਨਿਊ ਜਰਸੀ ਦੇ ਕੁਝ ਸਿੱਖ ਸੰਗਤ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਦਾ ਮੰਨਣਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਉਹ ਇਹ ਉਪਰਾਲਾ ਕਰਦੇ ਨੇ ਭਾਈ ਗੁਰਬਖਸ਼ ਸਿੰਘ ਜੀ ਨੂੰ ਉਹਨਾਂ ਦਾ ਜਿਹੜੇ ਨਾਲ ਉਹਨਾਂ ਦੀ ਨਾ ਇਨਸਾਫੀ ਹੋ ਰਹੀ ਹੈ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਅਤੇ ਹੁਣ ਵੇਲਾ ਹੈਗਾ ਇੱਕ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ याद करिए सरहद दे उस साके नू जदों दो मासूम जिंदा अत दी सर्दी नीहां दे विच खड़े आ बिना किसे भय तो हर लालच नू ठुकरा रहे ने ते हस हस के शहादतां दे जाम पी रहे ने शायर कहिंदा बई उस वेले अंबर रोया धरती कंपी चली पौण दे सीने आरी पंछी चीके उठ के मार उडारी मान बता दा कहान हुंदा जद हो मैं हो जे भारी करनी देसी इटा गारा जालमा खिच तैयारी दो हंसा दा जोड़ा खड़िया उमर ना रता बिचारी फरमान सूबे दा जलाद किने ने जांदे कंद उसारी पर शेरा चेते मुगला करागे नानी कि मैं सिदक निभाई दा दस की लाला दी कुर्बानी दस की योद्या दी कुर्बानी चाय ये सब तुम शाही पुलाव के लिए कर रहे हो ना बना दो ना प्लीज 49 साल से रोज यही तो खा रहे हो श्री लाल महल है तो 49 साल कट गए वरना 49 दिन भी काटने मुश्किल होते जाओ नहीं बनाती मैं तुम्हारा शाही पुलाव बना दो ना प्लीज डार्लिंग 49 के 50 भी तो करने हैं गोल्डन जुबिली मनानी है ना आ, आ। खुशबूदार लंबे दाने वाला श्री लाल महल एम्पायर बासमती राइस दादी वाओ शाही पुलाव लगता है इस बार दादाजी अपनी एनिवर्सरी नहीं भूले क्यों बिल्कुल नहीं भूला श्री लाल महल एम्पायर बासमती राइस खिले खिले दाने खिले खिले आप ओपनिंग ऑन 19 दिसंबर स्ट्रीट रोड प्लाजा